जलंधर दे एक निजी हस्पताल विच होया हंगामा। पुलिस ने मौके ते पहुंच के करवाया माहौल शांत। जलंधर दे सूद हॉस्पिटल विच उस वेले हंगामा शुरू हो गया जिस वेले एक मरीज दे परिवारिक मैंबरां ने मरीज नूं एक्सपायरी डेट वाला ग्लूकोज लगाउण दे दोष लगाए। परिवारिक मैंबरां ने वीडियो भी बनाई जिस विच साफ देखा जा सकता है कि एक्सपायरी डेट ग्लूकोज मरीज नूं चढ़ाउण लई लिआंदा गया सी, जिस तों बाद परिवार वालिआं ने विरोध किया। मेरे फादर का ऑपरेशन होया सी 3 दिन पहला, ते थोड़ी फूड पाइप की प्रॉब्लम सी ते हरनिया की प्रॉब्लम सी, ते कल उन्होंने 3 बोतल दित्तियां कच वाली, उस दो लग गई, एक मैं सवेरे आके देखी है एक्सपायरी डेट सी, मैं उत्थे दस्सा डॉक्टर नूं, कहिंदे सानूं नहीं पता जी किन्ने देती है। कादी बोतल सी भाजी? ग्लूकोज वाली। अच्छा जी, ते एक्सपायरी माल दी बोतलां चला रहे ने? 2020 दी ओहदी डेट आ, ते 2022 दी ओहदी एक्सपायरी डेट आ। हुण ਕਿੰਨਾ ਮਾਰਚ ਆ ਗਿਆ 2023, ਇਹ ਡੇਟ ਦਿਖਾ ਦਿਓ ਜੇ ਤੁਹਾਡੇ ਕੋਲ ਬੋਤਲ ਹੈ, ਤੁਸੀਂ ਦੇਖ ਸਕਦੇ ਹੋ ਗੁਲੂਕੋਜ਼ ਦੀ ਉਹ ਬੋਤਲ ਹੈ ਬਈ। ਤੁਸੀਂ ਡਾਕਟਰ ਨਾਲ ਗੱਲ ਨਹੀਂ ਕੀਤੀ ਕਿ ਐਕਸਪਾਇਰੀ ਬੋਤਲਾਂ ਚੜਾ ਰਹੇ ਹੋ? ਦੱਸਿਆ ਹੋਇਆ ਜੀ, ਡਾਕਟਰ ਸਾਹਿਬ ਅਜੇ ਤੱਕ ਆਏ ਨਹੀਂ ਹੈਗੇ। ਤੇ ਜਿਹੜੇ ਸਟਾਫ ਮੈਂਬਰ ਨੇ ਉਹਨਾਂ ਨਾਲ ਗੱਲ ਕੀਤੀ ਸੀ? ਉਹ ਤਾਂ ਬੋਤਲ ਖੋ ਕੇ ਲੈ ਕੇ ਜਾ ਰਹੇ ਸੀ, ਮੇਰੇ ਕੋਲ ਵੀਡੀਓ ਹੈਗੀ। ਅੱਛਾ, ਬੋਤਲ ਖੋ ਕੇ ਲੈ ਕੇ ਜਾ ਰਹੇ ਸੀਗੇ? ਬੜੀ ਮੁਸ਼ਕਲ ਪਚਾਈ। ਤੇ ਕਿਵੇਂ ਦੇਖਦੇ ਹੋ ਕਿ ਇੱਕ ਵਿਅਕਤੀ ਇੱਥੇ ਇਲਾਜ ਕਰਾਉਣ ਆਉਂਦੇ ਨੇ, ਠੀਕ ਹੋਣ ਆਉਂਦੇ ਨੇ, ਤੇ ਜੇ ਡਾਕਟਰਾਂ ਵੱਲੋਂ ਇੱਦਾਂ ਹੀ ਐਕਸਪਾਇਰੀ ਮਾਲ ਦਿੱਤਾ ਜਾ ਰਿਹਾ, ਠੀਕ ਹੋਣ ਦੀ ਬਜਾਏ ਉਹ ਤਾਂ ਹੋਰ ਬਿਮਾਰ ਹੋ ਜਾਣਗੇ। ਸਰ ਕੋਈ ਕੇਅਰ ਨਹੀਂ ਹੈਗੀ ਜੀ, ਹੁਣ ਸਾਹਮਣੇ ਇੰਨਾ ਕੂੜਾ ਪਿਆ ਸੀਗਾ, ਹੁਣ ਸਵੇਰੇ ਇਹ ਗੱਲ ਹੈ ਤੇ ਉਹਨਾਂ ਨੇ ਸਾਫ਼ ਕਰਾਤਾ। ਇਸ ਸਾਰੀ ਘਟਨਾ ਤੋਂ ਬਾਅਦ ਜਿਸ ਵਿੱਚ ਮਰੀਜ਼ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ ਸੀ, ਇਸ ਨੂੰ ਲੈ ਕੇ ਹਸਪੀਟਲ ਦੇ ਡਾਕਟਰ ਅਤੇ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਵਿੱਚ ਜੰਮ ਕੇ ਹੰਗਾਮਾ ਹੋਇਆ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ। ਮੈਂ ਤੇ ਆਇਆ ਸੀਗਾ ਆਪਣੇ ਫਰੈਂਡ ਸੀ ਭਾਜੀ, ਉਹਨਾਂ ਨੇ ਫੋਨ ਕੀਤਾ, ਇਹਨਾਂ ਦੇ ਫਾਦਰ ਸਾਹਿਬ 2-3 ਦਿਨ ਤੋਂ ਐਡਮਿਟ ਸੀਗੇ, ਤੇ 3-4 ਗਲੂਕੋਜ਼ ਦੀ ਬੋਤਲ ਲਾਈ ਆ, ਉਹ ਇਹਨਾਂ ਨੇ ਚੈੱਕ ਕੀਤੀ, ਉਦੋਂ ਦੇਖਿਆ ਕਿ ਉਹ ਤਾਂ ਐਕਸਪਾਇਰਡ ਹੈ, ਤੇ ਇਹਨਾਂ ਨੇ ਫੋਨ ਕੀਤਾ, ਮੈਂ ਇੱਥੇ ਆਇਆ, ਮੈਂ ਡਾਕਟਰ ਸਾਹਿਬ ਨਾਲ ਵੀ ਗੱਲ ਕੀਤੀ, ਡਰੱਗ ਇੰਸਪੈਕਟਰ ਨੂੰ ਵੀ ਫੋਨ ਕਰਤਾ, ਬਟ ਬੜੀ ਗਲਤ ਗੱਲ ਹੈ, ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ, ਅਤੇ ਬੜੀ ਗਲਤ ਗੱਲ ਹੈ। ਇੱਕ ਦੇਖੋ ਜੀ, ਪੁਰਾਣੀ ਚੀਜ਼ ਲਗਾ ਰਹੇ ਨੇ ਅਤੇ ਨਵੇਂ ਦਾ ਚਾਰਜ ਕਰ ਰਹੇ ਨੇ, ਇਹ ਤਾਂ ਸਾਫ਼ ਲੁੱਟਮਾਰੀ ਹੈ। ਪਰ ਸਰ ਉਹ ਕਹਿ ਰਹੇ ਨੇ ਕਿ ਲਗਾਈ ਨਹੀਂ, ਉਦਾਂ ਹੀ ਰੱਖੀ ਸੀ। ਲਗਾਈ ਹੈ, ਵੀਡੀਓ ਦੇ ਵਿੱਚ ਆ ਗਿਆ, ਵੀਡੀਓ ਦੇ ਵਿੱਚ ਦੇਖੋ ਖੋਈ ਹੈ, ਬਾਅਦ 'ਚ ਉਹਨਾਂ ਨੇ ਧੱਕਾ ਮੁੱਕਾ ਕੀਤੀ। ਮੇਰਾ ਕੁਐਸਚਨ ਸਮਝੋ, ਮੈਂ ਉਹੀ ਕਹਿ ਰਿਹਾ, ਉਹ ਕਹਿੰਦੇ ਲਗਾਈ ਨਹੀਂ, ਸਿਰਫ ਰੱਖੀ ਸੀ ਕਿ ਉੱਥੇ ਕੋਈ ਉਹਨਾਂ ਨੇ ਸ਼ੋਕੇਸ ਕੁਛ ਬਣਾਇਆ ਜਿਹਦੇ 'ਚ ਰੱਖਣੀ ਹੈ? ਕੰਪਨੀ ਸੀ ਲਗਾਉਣ ਲੱਗੇ ਸੀ, ਚੌਥੀ ਲਾਉਣ ਲੱਗੇ ਸੀਗੇ, 3 ਲਗਾ ਚੁੱਕੇ ਆ ਜੀ ਸਰ, ਚੌਥੀ ਲਗਾਉਣ ਲੱਗੇ ਸੀ, ਤੇ ਉਸ ਟਾਈਮ ਉਹਨਾਂ ਨੇ ਦੇਖਿਆ, ਜਦੋਂ ਦੇਖੀ ਵੀਡੀਓ ਵੀ ਬਣਾਈ, ਉਹਦੀ ਪ੍ਰੋਪਰ ਵੀਡੀਓ ਬਣਾਈ ਹੈ ਇਹਨਾਂ ਦੇ ਆਪਣਾ। ਤੇ ਸਰ ਹਸਪੀਟਲ ਦੇ ਵਿੱਚ ਲੋਕ ਠੀਕ ਹੋਣ ਆਉਂਦੇ ਨੇ ਤੇ ਐਕਸਪਾਇਰੀ ਚੀਜ਼ਾਂ ਦਾ ਪੇਸ਼ੈਂਟ ਨੂੰ ਦਿੱਤੀਆਂ ਜਾਣ ਤੇ ਠੀਕ ਹੋਣਗੇ ਜਾਂ ਹੋਰ ਹਾਲਤ ਵਿਗੜੇਗੀ? ਬੜੀ ਗਲਤ ਗੱਲ ਹੈ, ਇੱਕ ਪਾਸੇ ਸਰਕਾਰ ਦਾਅਵੇ ਕਰਦੀ ਪਈ ਹੈ ਕਿ ਆਪਾਂ ਮੁਹੱਲਾ ਕਲੀਨਿਕ ਖੋਲ੍ਹ ਕੇ ਗਰੀਬਾਂ ਦੀ ਸੇਵਾ ਕਰ ਰਹੇ ਹਾਂ, ਬਟ ਇੱਥੇ ਦੇਖੋ ਪ੍ਰਾਈਵੇਟ ਹਸਪੀਟਲਾਂ ਵਾਲੇ ਲੁੱਟ ਮਚਾ ਰਹੇ ਨੇ, ਗਰੀਬਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਨੇ, ਇਹਨਾਂ ਨੂੰ ਨਹੀਂ ਫਰਕ ਪੈਂਦਾ ਕੋਈ ਮਰੇ ਜਾਂ ਜੀਵੇ, ਪਰ ਆਪਾਂ ਜ਼ਰੂਰ ਖੜੇ ਹੋਵਾਂਗੇ ਤੇ ਆਪਾਂ ਵਿਰੋਧ ਕਰਾਂਗੇ ਇਸ ਚੀਜ਼ ਦਾ। ਕੀ ਹੁਣ ਡਾਕਟਰ ਸਾਹਿਬ ਨਾਲ ਤੁਹਾਡੀ ਗੱਲ ਹੋਈ, ਕੀ ਕਹਿ ਰਹੇ ਨੇ ਉਹ? ਉਹ ਆਪਣੀ ਗੱਲ ਤੇ ਆ ਨਹੀਂ ਰਹੇ, ਕੋਈ ਵੀ ਆਪਾਂ ਪੁਲਿਸ ਨੂੰ ਵੀ ਫੋਨ ਕੀਤਾ ਸੀਗਾ, ਉਹ ਵੀ ਆਏ ਨੇ, ਆ ਕੇ ਉਹਨਾਂ ਨੇ ਦਰਖਾਸਤ ਲੈ ਲਈ ਹੈ, ਤੇ ਘੰਟੇ ਬਾਅਦ ਪੁਲਿਸ ਆਈ ਹੈ, ਤੇ ਹੁਣ ਆਪਣਾ ਡਰੱਗ ਇੰਸਪੈਕਟਰ ਨੂੰ ਫੋਨ ਕੀਤਾ, ਉਹ ਵੀ ਦੇਖੋ ਆ ਰਹੇ ਨੇ, ਤੇ ਜੋ ਵੀ ਹੋਏਗਾ ਅਗਲੀ ਕਾਰਵਾਈ ਤੇ ਆਪਾਂ ਤੇ ਇਹ ਹੈ ਕਿ ਕਹਿੰਦੇ ਆ ਕਿ ਜਿਹੜਾ ਆਪਣਾ ਪੁਲਿਸ ਹੈ ਤੇ ਸਖਤ ਸਖਤ ਕਾਰਵਾਈ ਕਰੇ ਤਾਂ ਕਿ ਦੁਬਾਰਾ ਕੋਈ ਵੀ ਪ੍ਰਾਈਵੇਟ ਹਸਪੀਟਲ ਇੱਦਾਂ ਦਾ ਕੰਮ ਨਾ ਕਰੇ ਕਿਸੇ ਨਾਲ। ਇਸ ਸਾਰੀ ਘਟਨਾ ਨੂੰ ਲੈ ਕੇ ਹਸਪੀਟਲ ਦੇ ਡਾਕਟਰ ਰਾਜੀਵ ਸੂਦ ਨੇ ਸਫਾਈ ਦਿੰਦਿਆਂ ਕਿਹਾ ਕਿ ਐਕਸਪਾਇਰੀ ਡੇਟ ਗਲੂਕੋਜ਼ ਦੀ ਬੋਤਲ ਰੂਮ ਤੱਕ ਸਿਰਫ ਪਹੁੰਚੀ ਹੈ, ਮਰੀਜ਼ ਨੂੰ ਲਗਾਈ ਨਹੀਂ ਗਈ। ਐਕਸਪਾਇਰੀ ਗਲੂਕੋਜ਼ ਮੁੰਡਾ ਕਹਿ ਰਿਹਾ ਜੀ ਕਿ ਸਾਨੂੰ ਐਕਸਪਾਇਰੀ ਗਲੂਕੋਜ਼ ਲਗਾਤਾ, ਇੱਕ ਬੋਤਲ ਐਕਸਪਾਇਰੀ ਗਲੂਕੋਜ਼ ਦੀ ਅੰਦਰ ਜਿਹੜੀ ਕਿ ਬਹੁਤ ਘੱਟ ਰੇਅਰਲੀ ਸੀ, ਆਈਸੋਲੇਟ ਜੀ ਨਾਮ ਉਹਦਾ, ਬਹੁਤ ਘੱਟ ਵਰਤੀ ਦੀ ਹੈ, ਉਹ ਅੰਦਰ ਪਈ ਸੀਗੀ, ਕੁੜੀ ਨੇ ਬਿਨਾਂ ਦੇਖੇ ਉਹ ਬੋਤਲ ਲਿਆਂਦੀ, ਲੇਕਿਨ ਲਗਾਈ ਨਹੀਂ, ਲਗਾਈ ਵਾਲੀ ਗੱਲ ਸਰਾਸਰ ਝੂਠ ਹੈ। ਸਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ 2 ਬੋਤਲਾਂ ਲਗਾਈਆਂ ਵੀ ਆ? ਉਹ ਬੋਤਲਾਂ ਜਿਹੜੀਆਂ ਹੈਗੀਆਂ ਉਹ ਸਾਰਾ ਬਾਇਓਮੈਡੀਕਲ ਵੇਸਟ, ਮੈਂ ਪੁੱਛ ਲਿਆ ਉਹਨਾਂ ਨੂੰ, ਸਾਰਾ ਪਿਆ ਉੱਥੇ, ਹਾਲੇ ਲੈ ਕੇ ਵੀ ਨਹੀਂ ਗਏ ਬਾਇਓਮੈਡੀਕਲ ਵੇਸਟ ਵਾਲੇ, ਉਹ ਤੁਸੀਂ ਕੱਢ ਕੇ ਸਾਰਾ ਚੈੱਕ ਕਰ ਸਕਦੇ ਹੋ, ਜੇ ਕੋਈ ਲੱਗੀਆਂ ਜਿੰਨੀਆਂ ਵੀ ਹਸਪਤਾਲ ਦੇ ਵਿੱਚ ਅੱਜ ਸਵੇਰ ਦੀਆਂ ਬੋਤਲਾਂ, ਕੱਲ੍ਹ ਰਾਤ ਦੀਆਂ ਬੋਤਲਾਂ ਲੱਗੀਆਂ, ਸਾਰੀਆਂ ਪਈਆਂ ਬਾਇਓਮੈਡੀਕਲ ਵੇਸਟ ਦੇ ਲਿਫਾਫੇ 'ਚ ਪਈਆਂ, ਉਹ ਸਾਰੀਆਂ ਚੈੱਕ ਕਰ ਸਕਦੇ ਹੋ, ਕੋਈ ਵੀ ਐਕਸਪਾਇਰ ਨਹੀਂ ਹੋਣੀ। ਅਤੇ ਸਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਦੋਂ ਉਹਨਾਂ ਨੇ ਸਟਾਫ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਵੀਡੀਓ ਬਣਾਈ ਤਾਂ ਉਹਨਾਂ ਨੇ ਬੋਤਲ ਸਾਡੇ ਉਹਨਾਂ ਕੋਲ ਖੋਲ੍ਹੇ ਅਤੇ ਧੱਕੇ ਮਾਰੇ? ਕੋਈ ਨਹੀਂ, ਉਹਨਾਂ ਨੇ ਧੱਕੇ ਮਾਰੇ, ਵੀਡੀਓ ਤੁਹਾਡੇ ਸਾਹਮਣੇ ਹੈ, ਧੱਕੇ ਉਸ ਮੁੰਡੇ ਨੇ ਮਾਰੇ ਆ ਜਿਹੜਾ ਪੇਸ਼ੈਂਟ ਦਾ ਰਿਸ਼ਤੇਦਾਰ ਹੈ, ਮੁੰਡਾ ਜਿਹੜਾ ਸਾਡਾ ਲੜਕਾ ਜਿਹੜਾ ਸੀਗਾ ਓਟੀ ਅਸਿਸਟੈਂਟ ਕੰਮ, ਜਿਹੜੀ ਸਾਡੀ ਸਟਾਫ ਨਰਸ ਸੀ, ਉਹਨਾਂ ਨੇ ਧੱਕੇ ਨਹੀਂ ਮਾਰੇ, ਉਹਨਾਂ ਨੇ ਜ਼ਰੂਰ ਕਿਹਾ ਕਿ ਬੋਤਲ ਠੀਕ ਹੈ, ਐਕਸਪਾਇਰਡ ਹੈਗੀ ਆ, ਅਸੀਂ ਦੇਖ ਲਈ ਹੈ, ਅਸੀਂ ਲਗਾਉਣੀ ਨਹੀਂ ਇਹ ਬੋਤਲ, ਅਸੀਂ ਤੁਹਾਨੂੰ ਬਦਲ ਦਿੰਦੇ ਹਾਂ। ਉਸ ਚੀਜ਼ ਨੂੰ ਉਹਨਾਂ ਨੇ ਬਦਲ ਦੇਣ ਦੀ ਬੋਤਲ ਨੂੰ ਤੁਹਾਨੂੰ ਦੱਸ ਰਹੇ ਆ ਕਿ ਸਾਨੂੰ ਜੀ ਧੱਕੇ ਮਾਰੇ, ਔਰ ਵੀਡੀਓ ਦੇਖੋ ਉਹਦੇ 'ਚ ਧੱਕੇ, ਜਿਹੜਾ ਮੁੰਡੇ ਦਾ ਰਿਸ਼ਤਾ ਉਹਦਾ ਪੇਸ਼ੈਂਟ ਦਾ ਰਿਸ਼ਤੇਦਾਰ, ਉਹ ਧੱਕੇ ਮਾਰ ਰਿਹਾ, ਕਲੀਅਰ ਕੱਟ ਦਿਖ ਰਿਹਾ। ਸਰ ਜਿਵੇਂ ਕਿ ਤੁਸੀਂ ਆਪ ਵੀ ਮੰਨ ਰਹੇ ਹੋ ਕਿ ਐਕਸਪਾਇਰਡ ਬੋਤਲ ਜਿਹੜੀ ਹੈ ਗਲੂਕੋਜ਼ ਦੀ ਉੱਥੇ ਮਰੀਜ਼ ਦੇ ਕਮਰੇ 'ਚ ਗਈ,
ਠੀਕ ਹੈ ਜੀ ਬਟ ਕਿਆ ਮੈਂ ਮੰਨ ਰਿਹਾ ਇਹ ਹਿਊਮਨ ਐਰਰ ਹੈ ਹਿਊਮਨ ਐਰਰ ਹੋ ਜਾਂਦੀ ਹੈ ਇਹ ਇਸ ਤਰ੍ਹਾਂ ਦਾ ਰੇਅਰ ਗਲੂਕੋਜ਼ ਹੈ ਜਿਹੜਾ ਅਸੀਂ ਲਗਾਉਂਦੇ ਨਹੀਂ ਬਹੁਤ ਘੱਟ ਲਗਾਉਂਦੇ ਹਾਂ ਸਰ ਮੇਰਾ ਸਵਾਲ ਪੂਰਾ ਨਹੀਂ ਹੋਇਆ ਕਿਆ ਤੁਹਾਡੇ ਇੱਥੇ ਸਟਾਫ ਦੇ ਵਿੱਚ ਉਹ ਇਨਸਪੈਕਸ਼ਨ ਨਹੀਂ ਕਰਦਾ ਕਿ ਜਿਹੜੀਆਂ ਦਵਾਈਆਂ ਆ ਬਿਲਕੁਲ ਕਰਦੇ ਆ ਉਹਨਾਂ ਨੂੰ ਆਪਣਾ ਕੀ ਨਾਮ ਐਕਸਪਾਇਰੀ ਡੇਟ ਉਹਨਾਂ ਨੂੰ ਡਿਸਟਰੋਏ ਕੀਤਾ ਜਾਵੇ ਜਾਂ ਉਹ ਆਪਣਾ ਸਾਈਡ ਤੇ ਰੱਖਿਆ ਜਾਂਦਾ ਉਹਨਾਂ ਨੂੰ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਐਕਸਪਾਇਰ ਦਵਾਈਆਂ ਹੁੰਦੀਆਂ ਬਾਇਓਮੈਡੀਕਲ ਵੇਸਟ ਪਾ ਕੇ ਉਹਨਾਂ ਨੂੰ ਪ੍ਰੋਪਰਲੀ ਅਸੀਂ ਡਿਸਪੋਜ਼ ਆਫ ਕਰਦੇ ਆ ਬੋਟਲਸ ਨੂੰ ਵੀ ਕਰਦੇ ਆ ਸਰ ਕਿੰਨੇ ਟਾਈਮ ਬਾਅਦ ਕਰਦੇ ਹੋ ਕੁਝ ਹੈ ਜਦੋਂ ਜਿਹੜੀ ਜਿਹੜੀ ਜਿੱਦਾਂ ਜਿੱਦਾਂ ਐਕਸਪਾਇਰ ਹੋਈ ਜਾਂਦੀ ਉਸ ਵੇਲੇ ਨਾਲ ਬਹੁਤ 6 ਮਹੀਨੇ ਪਹਿਲੇ ਦੀ ਐਕਸਪਾਇਰ ਆ ਤੇ ਹੈਗੀ ਹੈ ਓਵਰਲੁੱਕ ਹੋਈ ਹੈ ਮੈਂ ਦੱਸ ਰਿਹਾ ਹਿਊਮਨ ਐਰਰ ਹੈ ਮੈਂ ਤਾਂ ਕਹਿੰਦਾ ਹੀ ਨਹੀਂ ਨਹੀਂ ਐਰਰ ਹੈਗੀ ਹਿਊਮਨ ਐਰਰ ਹੈਗੀ ਹੈ ਲੇਕਿਨ ਬੋਤਲ ਲੱਗੀ ਹੈ ਬਿਲਕੁਲ ਸਰਾਸਰ ਝੂਠ ਹੈ ਧੱਕੇ ਮਾਰੇ ਆ ਸਰਾਸਰ ਝੂਠ ਹੈ ਵੀਡੀਓ ਤੁਹਾਡੇ ਕੋਲ ਹੈ ਤੁਹਾਡੇ ਕੋਲ ਖੋਈ ਗਈ ਹਾਂਜੀ ਬੋਤਲ ਖੋਈ ਗਈ ਪੇਸ਼ੈਂਟ ਦੇ ਕੋਲੋਂ ਨਹੀਂ ਖੋਈ ਗਈ ਲੈ ਸਰ ਵੀਡੀਓ ਦੇ ਵਿੱਚ ਦਿਖ ਰਿਹਾ ਉਹਨਾਂ ਨੇ ਕਿਹਾ ਵੀ ਇਹ ਬੋਤਲ ਸਾਨੂੰ ਦੇ ਦਿਓ ਅਸੀਂ ਇਹਨੂੰ ਜਿਹੜੀ ਹੈ ਬਾਇਓਮੈਡੀਕਲ ਵੇਸਟ ਭੇਜ ਦਿਆਂਗੇ ਤੇ ਤੁਸੀਂ ਸਾਡੇ ਤੁਹਾਨੂੰ ਅਸੀਂ ਦੂਸਰੀ ਬੋਤਲ ਦਿੰਦੇ ਹਾਂ ਬਾਕੀ ਜਿਹੜੀ ਬੋਤਲ ਲਗਾਈ ਗਈ ਸਰਾਸਰ ਝੂਠ ਹੈ ਤੁਸੀਂ ਦੇਖ ਲਓ ਕੋਈ ਬੋਤਲ ਉਹਦੇ ਵਿੱਚ ਜਿੰਨੀਆਂ ਬੋਟਲਸ ਲੱਗੀਆਂ ਸਾਰੀਆਂ ਐਂਟਰਡ ਹੁੰਦੀਆਂ ਤੁਸੀਂ ਬਾਇਓਮੈਡੀਕਲ ਵੇਸਟ ਨਾਲ ਮਿਲਾ ਕੇ ਦੇਖ ਲਓ ਜਿੰਨੇ ਟੀਕੇ ਆ ਸਾਰੇ ਐਂਟਰਡ ਹੁੰਦੇ ਆ ਬਾਇਓਮੈਡੀਕਲ ਵੇਸਟ ਨਾਲ ਮਿਲਾ ਕੇ ਦੇਖ ਲਓ ਸਰ ਇਹ ਤਾਂ ਪੇਸ਼ੈਂਟ ਨੇ ਬੋਟਲ ਦੇਖ ਲਈ ਜੇ ਨਾ ਦੇਖਦੇ ਨਹੀਂ ਦੇਖੀ ਜੇ ਸਾਡੇ ਸਟਾਫ ਨੇ ਦੇਖੀ ਆ ਔਰ ਉਹਨਾਂ ਨੇ ਆਪਣੇ ਸੀਨੀਅਰ ਸਟਾਫ ਨੂੰ ਦੱਸਿਆ ਕਿ ਬੋਤਲ ਐਕਸਪਾਇਰ ਹੈਗੀ ਹੈ ਜੋ ਬੁਲਾਣ ਗਈ ਹੈ ਤੇ ਪਿੱਛੋਂ ਦੀ ਉਹਨੇ ਇੱਥੇ ਸੀਲ ਕਰੇਟ ਕਰ